ਕੋਈ ਨਹੀਂ ਮੇਰੇ ਕੋਲ ਲੋਕ ਪੁੱਛਦੇ ਨੇ ਕਿ ਨੋਸ਼ੀਨ ਅਕਸਰ ਇਹ ਨੋਸ਼ਨ ਹੈ ਪਿਆ ਕਿ ਸ਼ਾਇਰ ਜਿਹੜੇ ਹੋਣੇ ਨੇ ਉਹਨਾਂ ਦਾ ਦਿਲ ਟੁੱਟਦੇ ਜਾਂ ਮੁਹੱਬਤ ਇਤਨਾ ਕਾਮ ਹੋਣੇ ਜੀ ਜੀ ਜਬਸ਼ੀਨ ਜੀ ਇੱਕ ਮੁਸ਼ਾਇਰੇ ਦੇ ਕਿਤਨੇ ਪੈਸੇ ਲੈਂਦੀ ਹੈ ਇਹ ਅਗਰ ਕੋਈ ਕਰਵਾਉਣਾ ਚਾਹੁੰਦਾ ਹੋਵੇ ਨਾ ਮੁਸ਼ਾਇਰਾ ਖਵਾਤੀਨ ਜਿਹੜੀ ਔਰਤ ਆਉਂਦੀਆਂ ਉਮਰ ਨਹੀਂ ਦਸੈਂਦੇ ਤੁਸੀਂ ਦੱਸਣਾ ਗਵਾਰਾ ਕਰੇ ਸੋ ਜਾਂ ਕੋਈ ਨਾ ਅੱਛਾ ਮੈਂ ਹੁਣ ਤੋਂ ਨਹੀਂ ਦੱਸਾਂ ਜੀ ਹੁਣ ਥੋੜੀ ਜਿਹੀ ਵੀਡੀਓ ਉਹ ਥੋੜੀ ਉੱਤੇ ਵਨਣ ਲੱਗੀ ਹੈ ਨਾ ਹੁਣ ਮੈਂ ਸੁਝਾ ਲੁਕਾਵਣ ਲੱਗ ਨਹੀਂ ਵੈਸੇ ਮੇਡੀ ਉਮਰ ਸਤਾਵੀ ਸਾਲ ਹੈ ਕਰ ਘਿੰਸੀ ਤੂੰ ਸਾਂ ਟੈਨਸ਼ਨ ਨਾ ਘੀਨੋ ਹੀ ਗੱਲ ਦੀ ਤੂੰ ਐ ਦੱਸ ਤੂੰ ਇੰਟਰਵਿਊ ਦੇ ਕਿੰਨੇ ਪੈਸੇ ਦੇਂਦੇ ਪੇਵੇ ਮੇਡੀ ਬਨੇ ਕ ਪਤਾ ਲੱਗਦਾ ਕਿ ਤੂੰ ਹੁਣ ਠਹਿ ਪੋਸੋ ਨੀਂਦਰ ਤੁਹਾਡੀ ਪੂਰੀ ਕਹਿ ਨਹੀਂ ਉਹ ਜ਼ਿੰਮੇਦਾਰੀਆਂ ਕਸੋ ਤੂੰ ਸਾਂ ਡਰੈਸਿੰਗ ਔਰ ਕਿਤਨਾ ਆਪਣਾ ਘਰ ਆ ਲੈਦੇ ਖਰਚੇ ਦੀ ਬਰਬਾਦੀ ਕਰ ਛੁੜੇਂਦੀ ਮੇਕਅਪ ਵਿੱਚ ਤੇ ਔਰ ਡਰੈਸਿੰਗ ਵਿੱਚ ਹਾਸਾ ਕਿਉਂ ਨਿਕਲ ਗਿਆ ਤੁਹਾਡਾ ਨਹੀਂ ਇਹ ਹਾਸਾ ਉਹ ਵਾਲਾ ਨਹੀਂ ਹੈ ਮਤਲਬ ਬਸ ਇ ਸ਼ਾਇਰ ਜਿਹੜੇ ਸ਼ੇਰ ਪੜਦੇ ਜ਼ਾਹਿਰ ਇਹ ਵਲੋਂ ਮੇਰਾ ਪਸੰਦੀਦਾ ਲਿਬਾਸ ਤੁਮ ਕੋ ਆਇਆ ਹੀ ਨਹੀਂ ਪਾਸ ਬੁਲਾਣੇ ਦਾ ਹੁਨਰ ਦੇ ਵਿੱਚ ਪਹਿਲੇ ਗੁਨਾਹਗਾਰ ਰਸਾਈਆਂ ਤੇ ਹੁਣ ਮੇਰੇ ਬਾਅਦ ਮਾਸ਼ਾਅੱਲਾ ਮੇਰੇ ਸਿਸਕੋ ਮੈਂ ਹਾਂ ਅੱਡੀ ਤਾ ਜ਼ਖਮੀ ਤਸਰਦ ਪੇ ਵਸੇ ਟੀਵੀ ਅੱਜ ਮੇ ਨਾਲ ਉਹ ਸ਼ਖਸੀਅਤ ਮੌਜੂਦ ਹੈ ਜਿਹੜੀ ਕਹਿੰਦਾ ਤਾਰਫ਼ ਦੀ ਮੁਤਾਜਨੀ ਨਸ਼ੀਨ ਫਾਤਿਮਾ ਜਿਹੜੀ ਇੱਕ ਸ਼ਾਇਰਾ ਹੈ ਭਾਈ और सा मुआरे के और पाकिस्तान अपना मर्द हज़रात शहर बहुत ज़्यादा हैं लेकिन खातीन शहर बहु हैं। अज नशीन फातमा साहब साढ़े नाल मौजूद हैं अर सारी इन्होंने हैं, हैं और अक्सर जड़ी लड़की होंगे उन्होंने को तो मतलब डॉक्टर बनन का शौंक हों और पुलिस जॉब करा पैलेट इस तरीके का लेकिन नशीन को शहरा बनने का किमें शौंक लगा ये जी सारी कहानी है अपना नशीन फातमा साहबा को पुछते हैं असलाकुम वालेकुम सलाम सब तो पहले दा शुक्रिया एक चंगा प्लेटफॉर्म है दूजा बड़ा सोहना कम करेंगे माशाला इतना टैलेंट को वे वसेब वास्तव कम करें, करें बेसिकली मेरा भी ताल्लुक वसेब नयकी स्पी आ पाई तो बाकी दवाइयान नशीन जी पहला सवाल मेरा सा खातीन शहर बहुत घट्ट पारदात बहुत ज़्यादा अच्छा अक्सर औरत को शौक आ कि लड़की को कि मेरे को डॉक्टर मैं बना ਇੱਕ ਟੈਲੈਂਟ ਵੜਾ ਉਠੇ ਸਾਰੀ ਉਹਨਾਂ ਦਿਖਾਈ ਸੋ ਤੋ ਕੁ ਸ਼ਾਇਰੀ ਦਾ ਕਿਵੇਂ ਸ਼ੌਕ ਲੱਗਾ ਪਹਿਲੇ ਸਾਡੀ ਆਡੀਅנס ਕੋ ਦੱਸੇ ਸੋ ਇੱਕ ਯਾਨੀ ਮਾਣੀ ਗਾਲੇ ਭਈ ਕੇ ਸ਼ਾਇਰ ਬਣਦਾ ਕੋਈ ਨਹੀਂ ਸ਼ਾਇਰ ਪੈਦਾ ਥਿੰਦੇ ਇਹ ਅਲੱਗ ਗਾਲੇ ਕਿ ਉਹ ਨੂੰ ਡਿਸਕਵਰ ਕਿਹੜੇ ਟਾਈਮ ਵਨ ਕਰ ਰਹੇ ਨੇ ਜ਼ਿੰਦਗੀ ਦੇ ਕਿਹੜੇ ਹਿੱਸੇ ਵਿੱਚ ਡਿਸਕਵਰ ਕਰ ਰਹੇ ਨੇ ਇਹ ਇੱਕ ਅਲੱਗ ਗਾਲ ਹੈ ਲੇਕਿਨ ਕਦੇ ਹੀ ਨਾ ਕਰ ਨਹੀਂ ਉਹ ਡਿਸਕਵਰ ਕਰੀ ਘਿੰਡੇ ਕਿ ਉਹ ਸ਼ਾਇਰ ਰਹਿ ਪਿਆ ਬੇਸਿਕਲੀ ਮੈਂ ਵੀ ਜੇ ਵੜੇ ਟੀਨੇਜਰ ਹਾਂ ਮੀ ਉਹ ਛੋਟੀਆਂ ਮੈਂ ਵੀ ਸੁਚੇਨੀਆਂ ਮੀ ਕਿ ਡਾਕਟਰ ਬਣਸਾਂ ਪਾਇਲਟ ਬਣਸਾਂ ਥੋੜੀ ਜਿਹੀ ਐਡਵੈਂਚਰਸ ਤਬੀਅਤ ਹੈ ਪਈ ਮੇਰੀ ਐਵੀਏਸ਼ਨ ਮੇ ਕੋ ਬੜਾ ਪਸੰਦ ਆਈ ਮੈਂ ਆਦੀ ਹਮ ਕੇ ਮਤਲਬ ਪਾਇਲਟ ਬਣਸਾਂ ਜਾਂ ਡਾਕਟਰ ਬਣਸਾਂ ਉਹ ਤੁਹਾਡਾ ਹਾਰਟ ਬ੍ਰੇਕ ਥੀ ਸਕਦੇ ਕੋਈ ਟ੍ਰੇਜਡੀ ਥੀ ਸਕਦੀ ਹੈ ਉਹ ਕੁਝ ਵੀ ਐਸਾ ਥੀ ਸਕਦੇ ਜਿੱਤੂ ਤੂੰ ਤਸਾਂ ਬਸ ਇੱਕ ਪਹਿਲਾ ਸਟੈਪ ਚਾਗਿੰਦੇ ਹੋ ਲੇਕਿਨ ਉ ਤੂੰ ਪਹਿਲੇ ਇੱਕ ਬੜਾ ਬੈਕਗਰਾਉਂਡ ਹੁੰਦੇ ਨਾ ਉਹ ਤੁਹਾਰੇ ਇਕੱਠਾ ਥਿੰਦ ਰਹਿੰਦੇ ਤੁਹਾਡੇ ਅੰਦਰ ਓਵਰ ਸੈਂਸਿਟਿਵ ਹਮ ਮੇ ਬਚਪਨ ਕੋਲ ਬਹੁਤ ਸੈਂਸਿਟਿਵ ਹਮ ਓਵਰ ਥਿੰਕਰ ਹਾਂ ਮੀ ਬਹੁਤ ਜ਼ਿਆਦਾ ਸੋਚ ਸੋਚੈਨੀਆ ਸੋਚੈਂਦੀ ਆ ਮੀ ਤੇ ਹੁਣ ਵੀ ਸੋਚੈਨੀਆ ਇਨਾਂ ਚੀਜ਼ਾਂ ਨੇ ਰਲ ਮਿਲ ਕੇ ਬਸ ਉਹ ਇੱਕ ਵਲ ਜੜਾ ਉਹ ਬ੍ਰੇਕਥਰੂ ਵਾਲਾ ਲੰਮਾ ਹਾਈ ਉਹ ਜ਼ਿੰਦਗੀ ਚ ਆਏ ਤੇ ਉਹ ਵੀ ਬੜਾ ਟ੍ਰੈਜੀਕ ਹੈ ਪਿਆ ਬੜੀ ਬੜੀ ਟ੍ਰੈਜੇਡੀ ਆਈ ਪਈ ਹਾਰਟ ਬ੍ਰੇਕ ਕੋਈ ਨਹੀਂ ਮੇਰੇ ਕੋਲ ਲੋਕ ਕੁਛ ਦਿਨ नौशीन अक्सर इहे नोशन हीअ पिया की शायर जड़े होने न उन्हनि जो दिलि त्रुट या मुहबताम अमूमी अ, अपना अमूमी हिकु आइडिया हीअ पिया ख़्यालु हीअं उहो पुछंदे त क्या शाइरी वजह मुहबत नाकाम ई हाई त इहा वजह कोई न हाई अर्ली एज मैरिज हाई मेरी त वल मेर बेटी फोर्थ थी वई आई मेरी उस टाइम उमिरि चोॾहं साल आई पई ਤੇ ਉਹਨਾਂ ਦੀ وفات ਦੇ ਉਤੇ ਮੈਂ ਆਪਣੀ ਪਹਿਲੀ ਨਜ਼ਮ ਆਖੀ ਆਈ ਅੱਛਾ ਨਸ਼ੀਨ ਜੀ ਇਹ ਦੱਸੋ ਕਿ ਤੁਸੀਂ ਸ਼ਾਇਰੀ ਤੁਸੀਂ ਖੁਦ ਕੋਈ ਉਸਤਾਦ ਮੋਹਤਰਮ ਕੋਈ ਜਿਵੇਂ ਟੀਚਰ ਹੁੰਦੇ ਜਾਂ ਤੁਹਾਡੀ ਫੈਮਲੀ ਦੇ ਵਿੱਚ ਕੋਈ ਪਹਿਲੇ ਸ਼ਾਇਰ ਹਾਈ ਇਸ ਤਰੀਕੇ ਤੁਸੀਂ ਆ ਕੋ ਦੱਸੋ ਫੈਮਲੀ ਦੇ ਵਿੱਚ ਪਹਿਲੇ ਗੁਨਾਹਗਾਰ ਰਸਾਈਆਂ ਤੇ ਹੋਰ ਮੇਰੇ ਬਾਦ ਮਾਸ਼ਾਅੱਲਾ ਮੇਰੇ ਸਿਸਟਰਜ਼ ਹਨ ਫੈਮਿਲੀ ਦੇ ਵਿੱਚ ਕਾਫੀ ਲੋਕ ਹਨ ਜਿਹੜੇ ਇੰਟਰਸਟ ਗਿੰਦੇ ਪਹਿਨ ਹੋਰ ਸ਼ਾਇਰੀ ਕਰਨਾ ਸ਼ੁਰੂ ਥੀ ਗਨ ਪਰ ਮੈਂ ਪਹਿਲੇ ਕਾਫੀ ਸ਼ਾਗਿਰਦ ਵੀ ਹਨ ਤੇ ਬਹੁਤ ਕਾਫੀ ਲੋਕ ਮੰਨ ਐਸੇ ਹਨ ਜਿਨਾ ਮੇਰੇ ਕੋਲ ਵਰ ਸਿੱਖੇ ਅਗਾ ਵਸੋ ਸ਼ਮਾਨਾ ਸ਼ਮਾ ਰੋਸ਼ਨ ਥਿੰਦੀ ਪਈਏ ਤੇ ਕੰਮ ਜਾਰੀ ਹੈ ਤ੍ਰੇ ਨਜ਼ਮ ਉਹ ਵੀ ਸਾ ਕੁ ਤੁਸਾਂ ਸਾਰੇ ਦੇਖਣ ਵਾਲੇ ਕੋ ਸੁਣਵੇ ਸੋ ਬਾਕੀ ਸਵਾਲ ਜਿਹੜੇ ਨੇ ਉਹ ਸਬਾਦ ਕਰੇ ਸੋ ਅ उर्दू आखसो उर्दू सुना केजल है जमीन तरी गजल है जो मिसरा मैनशन कित हूना साम्भ रखता हाँ सियाले सभ रखता हाँ हूना गजल का मिसरा ही जो मैं गिरा लाइए तरी शेर आखे गजल मैं सुना देनी आसा क्यों निकल गया नहीं ये ओ वाला नहीं है, मतलब बस इन, आ, शायर जेर पढ़ते जायरे वालों चला मैंने खुशी महसूस दे। 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 एक मतलब अपनी शायरी कितनी भी पढ़ता पिया हो इो हवाला हा हवाले सांभ रखता हा हाँ इो हवाला हा हवाले सांभ रखता हा और सफर तू जो वल्ले हा तो छाले सांभ रखता हा ਕਦਾਹੀ ਭੇਜ ਜੋ ਦੇਵਾਹਾਂ ਫੁੱਲ ਮੇ ਕੱਚੇ ਰੰਗਾ ਦੇ ਕਦਾਹੀ ਭੇਜ ਜੋ ਦੇਵਾਹਾਂ ਫੁੱਲ ਮੇ ਕੱਚੇ ਰੰਗਾ ਦੇ ਉਹਨਾਂ ਕੋ ਵੀ ਚੁੰਮਦਾ ਹਾ ਤੇ ਨਾਲੇ ਸਾਂਭ ਰਖਦਾ ਹਾ ਤਜਰਬਾਕਾਰ ਈ ਵਿਹਾ ਜੋ ਹਰ ਦੌਰੇ ਮੁਹੱਬਤ ਦੇ ਤਜਰਬਾਕਾਰ ਈ ਵਿਹਾ ਜੋ ਹਰ ਦੌਰੇ ਮੁਹੱਬਤ ਦੇ ਹੁਣ ਨਾਲੇ ਸਾਂਭ ਰਖਦਾ ਹਾ ਸਿਆਲੇ ਸਾਂਭ ਰਖਦਾ ਹਾ ਮੈਂ ਲਫ਼ਜ਼ਾਂ ਦੀ ਖਿਲਾੜੀ ਹਮ ਤੇ ਉਹ ਵੀ ਢਿਗ ਸਿਆਣਾ ਹਾ ਮੇ ਲਫ਼ਜ਼ਾਂ ਦੇ ਖਿਲਾੜੀ ਹਮ ਤੇ ਉਹ ਵੀ ਢਿੱਗ ਸਿਆਣਾ ਹਾ ਉਹ ਮੇਰੀ ਗੁਫ਼ਤਗੂ ਦੇ ਸਭ ਹਵਾਲੇ ਸਾਮ ਰੱਖਦਾ ਹਾ ਤੇ ਇਹਦਾ ਮਖਤਾ ਹੈ ਪਿਆ ਤੂੰ ਕਾਲੇ ਦਿਲ ਦਾ ਉਕੂ ਆਖ ਬਾਨੀ ਹੈ ਜੜਾ ਨੋਸ਼ੀਨ ਤੂੰ ਕਾਲੇ ਦਿਲ ਦਾ ਉਕੂ ਆਖ ਬਾਨੀ ਹੈ ਜੜਾ ਨੋਸ਼ੀਨ ਮੁਹੱਬਤ ਦੇ ਦੀਵਾਰਾਂ ਦੇ ਸੁਜਾਲੇ ਸਾਮ ਰੱਖਦਾ ਆ ਕੋ ਖਾਉਣ ਦੇ ਵਿੱਚ ਕੀ ਆ ਪਸੰਦ ਸਿਰਫ ਬਰੀਆਨੀ ਕੋ ਹਟਾ ਕੇ ਅਕਸਰ ਲੜਕੀਆਂ ਕੋ ਬਰੀਆਨੀ ਪਸੰਦ ਹੁੰਦੀ ਹੈ ਨਹੀਂ ਮੈਂ मैं को एक डिश पसंद कोई नहीं बड़ा कंफ्यूजिंग सवाल है मैं बड़ी कंफ्यूज रहनी हूँ उनकी वजह यह है कि जिम्मे मैं दसी तो मेरी नेचर बड़ी फलैक्सीबल थी गई है मुख्तलिफ मुल्क रहख्तलिफ लोगों उठ बै करके ना तो इ हवाले फूड के हवाले ना भी काफ़ी फ्लैक्सीबल नेचर है अरेबिक खाणा खाते रह गए हैं इटालियन थी गया चाइनीस थी गया पाकिस्तानी थी गया काफ़ी सारे मैं मुख्तलिफ डिश ट्राई करना पसंद करेंसो खाने छोड़ो ਸਾਗ ਦੇ ਇਲਾਵਾ ਕਿਹੜਾ ਨਾਖੇ ਨੂੰ ਮੱਖਣ ਦੇ ਸਾਗ ਤੇ ਲੱਸੀ ਤੇ ਮਿਸੀ ਰੋਟੀ ਮੈਨੂੰ ਬੜੀ ਪਸੰਦ ਹੈ ਵੈਸੇ ਇਹ ਮਤਲਬ ਮੈਂ ਜ਼ਿਕਰ ਕਰ ਦੇਣੀ ਆ ਮੈਨੂੰ ਮਿਸੀ ਰੋਟੀ ਬੜੀ ਪਸੰਦ ਹੈ ਖੋਦ ਤਾਂ ਬਣਾਉਣੀ ਕੋਈ ਨਹੀਂ ਆਂਦੇ ਲੇਕਿਨ ਜਦੋਂ ਬਣਦੀ ਹੈ ਉਹ ਰਾਜ ਕੇ ਖਾਣੇ ਤਲੀਮ ਦੀ ਗੱਲ ਕੀਤੇ ਬਨੇ ਤਾਂ ਤਲੀਮ ਮੈਂ ਆਈ ਆਰ ਦੀ ਸਟੂਡੈਂਟ ਹਾਂ ਮੇਰਾ ਬੀਐਸਆਰ ਕੰਪਲੀਟ ਠੀਵਣ ਵਾਲਾ ਹੈ ਉਹਦੇ ਇਲਾਵਾ ਅੱਗੇ ਅਗਾ ਦੇ ਕੁਝ ਪਲਾਨ ਹਨ ਵਾਲੇ ਇਨਸ਼ਾਅੱਲਾ ਤੁਸੀਂ ਦੁਆ ਕੀਤੀ ਰੱਖਸੋ ਅੱਲਾਹ ਤਾਲਾ ਕਾਮਯਾਬ ਕਿਹੜੇ ਪਲਾਨ ਹਨ ਉਹ ਵੀ ਦੱਸਾੜੋ ਨਾ ਮੈਂ ਕੁਝ ਕਾਰੋਬਾਰੀ ਹਵਾਲੇ ਨਾਲਨ ਕੁਝ ਥਾਲੀਮੀ ਹਵਾਲੇ ਨਾਲ ਜਿਹੜੇ ਕਾਮਯਾਬ ਥੀ ਸੋ ਸਾਰਿਆਂ ਨੂੰ ਪਤਾ ਲੱਗ ਵੈਸੀ ਤੇ ਕੋਈ ਐਸੇ ਪਲੈਨ ਹੁੰਦੇ ਨੇ ਤੇ ਪਾਕਿਸਤਾਨ ਦੇ ਬੰਦੇ ਕੋ ਗਾਇਬ ਵੀ ਕਰ ਦਿੰਦੇ ਉਹ ਜੀ ਇਹ ਤਾਂ ਨਹੀਂ ਉਹ ਅੱਲਾ ਖੈਰ ਕਰੇ ਸਨ ਅਗੇ ਮੈਂ ਇੱਕ ਸ਼ੇਰ ਆਖੇ ਤੇ ਉਹ ਬੜਾ ਲੋਕਾਂ ਮੇ ਕੋ ਆਖੇ ਕਿ ਵੀ ਗੋ ਓਨ ਦਾ ਵੇ ਬਸ ਆਂਦੀ ਪਈਏ ਤੂੰ ਤਿਆਰੀ ਕਰ ਤੇ ਉਹ ਸ਼ੇਰ ਹੈ ਕਿ ਇਹ ਮੁਲਕ ਦੁਸ਼ਮਨੋ ਕੇ ਨਿਸ਼ਾਨੇ ਪੇ ਆ ਗਿਆ ਇਹ ਵਕਤ ਕੈ ਦੀਓਂ ਕਿ ਰਿਹਾਈ ਕਾ ਵਕਤ ਹੈ ਅਜਿੰਦਾ ਬੜਾ ਮਜ਼ੇਦਾਰ ਬੈਕਗ੍ਰਾਉਂਡ ਹੈ ਜਿਹੜਾ ਮਿਸਰਾ ਹੈ ਨਾ ਇਹ ਵਕਤ ਕੈਦਿਓਂ ਕਿ ਰਹਾਈ ਕਾ ਵਕਤ ਹੈ ਇਹ ਵੀ ਤਰਹੀ ਮਿਸਰਾ ਹੈ ਪਿਆ ਮੈਂ ਸਿਰਫ ਗਿਰਾ ਲਈ ਹੈ ਕਿ ਇਹ ਮੁਲਕ ਦੁਸ਼ਮਨੋ ਕੇ ਨਿਸ਼ਾਨੇ ਪੇ ਆ ਗਿਆ ਉਹ ਲੋਕਾਂ ਨੇ ਉਹ ਕੋਈ ਖਾਸ ਪਸੇਮਨਜ਼ਰਜ ਕਹਿਂ ਗਏ ਅੱਛਾ ਨਸ਼ੀਨ ਜੀ ਕੋਈ ਉਰਦੂ ਦੇ ਚੰਦ ਰਸ਼ਾਦ ਸਾਹ ਕੋ ਸੁਣ ਵੇਸੋ ਮੈਂ ਜ਼ਰੂਰ ਉਰਦੂ ਗ਼ਜ਼ਲ ਮੇਰੀ ਨੁਮਾਇੰਦਾ ਗ਼ਜ਼ਲ ਹੈ ਪਈ ਮੈਂ ਹੁੰਦੇ ਕੋਈ ਦੂਤਰਾ ਸ਼ੇਰ ਤੋਂ ਸੁਣਾ ਦੇਣੀ ਆਂ ਕਭੀ ਲਹਿਜੇ ਪੇ ਖਫਾ ਤੋ ਕਭੀ ਕਿਰਦਾਰ ਪੇ ਸ਼ੇ कभी लहजे पे खफा तो कभी किरदार पे शक तुमने सीखा ही नहीं इश्क कमाने का हुनर तुमने पहना ही नहीं मेरा पसंदीदा लिबास तुमको आया ही नहीं पास बुलाने का हुनर लाइफ स्टाइल एजुकेशन फैमिली मैटर्स शायरी हाल ही को चलता पे दोस्तों को टाइम देने ये लाइफ स्टाइल ਔਰ ਕਿਤਨਾ ਆਪਣਾ ਘਰ ਵਾਲੇ ਦੇ ਖਰਚੇ ਦੀ ਬਰਬਾਦੀ ਕਰ ਛੁੜੇਂਦੀ ਮੇਕਅਪ ਵਿੱਚ ਤੇ ਔਰ ਡ್ರೆਸਿੰਗ ਵਿੱਚ ਅੱਛਾ ਮੈਂ ਇਹ ਵਾਲੇ ਨਾਲ ਵੀ ਖੁਸ਼ਕਿਸਮਤ ਆ ਪਈ ਮੈਨੂੰ ਕੋਈ ਕੋਈ ਹਿਸਾਬ ਨਹੀਂ ਦੇਣਾ ਪਉਂਦਾ ਮੈਂ ਇੰਡੀਪੈਂਡੈਂਟ ਆ ਪਈ ਮੇਰੇ ਕੁਝ ਬਿਜ਼ਨਸ ਮਾਮਲੇ ਹਨ ਮੈਂ ਖੁਦ ਓ ਰਨ ਕਰੇਨੀ ਆ ਬਾਕੀ ਤੁਸੀਂ ਲਿਬਾਸ ਦੇ حوالے ਨਾਲ ਪਸੰਦ ਆਪਣਾ ਪੁੱਛੇ ਵੇ ਰਵਾਇਤੀ ਮੈਂ ਜ਼ਿਆਦਾ ਪਸੰਦ ਕਰੇਨੀ ਆ ਤੁਸੀਂ ਡਿਠਾ ਉਸੇ ਮੁxtਲਫ ਮਸ਼ਾਇਰਿਆਂ ਦੇ ਵਿੱਚ ਮੈਂ ਰਵਾਇਤੀ ਪਹਿਨੀ ਆ ਵੈਸੇ ਕਹਦਾਈ ਮਤਲਬ ਪਾ ਗਈ ਤਾਂ ਜੀਨਸ ਵੀ ਪਾ ਗਈ ਦੀ مختلف ਤਰ੍ਹਾਂ ਦੇ ਟਰਾਈ ਕੀਤੀ ਰੱਖਦੇ ਆ ਅਕਸਰ ਆਖਾ ਜਾਂਦਾ ਹੈ ਕਿ ਜਿਹੜੀ ਖਵਤਨ ਔਰਤ ਆਪਣਾ ਖਾਤੂਨ ਬੈਗ ਲਈ ਵਦੀ ਹੁੰਦੀ ਐ ਦੀ ਖਾਵਣ ਤੋਂ ਬ ਵੱਡਾ ਹੁੰਦਾ ਹੈ ਲੇਕਿਨ ਖਰਚਾ ਮਰਦਾ ਇਸਤੇਮਾਲ ਥਿੰਦਾ ਹੈ ਕੀ ਆਏ ਬੈਗ ਜਿਹੜਾ ਬੈਗ ਛੋਟਾ ਪਰਸ ਹੁੰਦੇ ਹੁੰਦੀ ਜੇਬ ਦੇ ਵਿੱਚ ਕੀ ਆਏ ਸੱਚੇ ਅੱਛਾ ਮਜ਼ੇ ਦੀ ਗੱਲ ਹੈ ਕਿ ਮੈਂ ਬੈਗ ਚਾਹੀਦੀ ਵੀ ਕੋਈ ਨਹੀਂ ਮੇਰੀ ਕੋਸ਼ਿਸ਼ ਜਿਹੜਾ ਤੁਹਾਡੇ ਕੋਈ ਨਹੀਂ ਚਾਹਂਦੀ ਪਰ ਮੇਰੀ ਕੋਸ਼ਿਸ਼ ਹੁੰਦੀ ਹੈ ਮੇਰੇ ਕੋਲ ਜ਼ਿਆਦਾ ਸਮਾਨ ਨਾ ਹੋਵੇ ਮੈਂ ਬਸ ਆਜ਼ਾਦ ਰਹਾ ਆਜ਼ਾਦ ਮਹਿਸੂਸ ਕਰਾਂ ਮੈਂ ਸਮਝ ਚੈਂਦੀ ਕੋਈ ਨਹੀਂ ਤੋੜੇ ਸਵਾਲ ਹੀ ਗਲਤ ਹੈ ਅੱਛਾ ਨਸ਼ੀਨ ਜੀ ਕਿ ਤੁਹਾਡੀ ਤਬੀਅਤ ਡਿਠੀ ਬਨੇ ਕਿ ਪਤਾ ਲੱਗਦਾ ਹੈ ਕਿ ਤੁਸੀਂ ਹੁਣੇ ਠਹਿ ਪੋਸੋ ਨੀਂਦਰ ਤੁਹਾਡੀ ਪੂਰੀ ਕਹਿ ਨਹੀਂ ਉਹ ਜ਼ਿੰਮੇਦਾਰੀਆਂ ਕਾਫੀ ਸਾਰੀਆਂ ਨੇ ਮੇਰੇ ਪੇਪਰ ਅੱਜ ਮੁਕੈ ਜੇ ਅਸੀਂ ਇੰਟਰਵਿਊ ਰਿਕਾਰਡ ਕਰ ਰਹੇ ਨੇ ਬੈਠੇ ਅੱਜ ਮੇਰਾ ਆਖਰੀ ਪੇਪਰ ਹੈ ਪਿਆ ਤੇ ਉਹ ਅਸਲ ਵਿੱਚ ਰਾਤ ਨੂੰ ਜਾ ਕੇ ਪੇਪਰ ਦੀ ਤਿਆਰੀ ਕਰਨੀ ਸਵੇਰ ਪੇਪਰ ਦੇਵਣਾ ਵੱਲ ਮੁਸ਼ਾਇਰਾ ਪੜਨਾ ਵੱਲ ਤਾਂ ਕੋਈ ਇੰਟਰਵਿਊ ਦੇਵਣਾ ਉਸੇ ਅੱਜ ਕਿਥੋਂ ਬਣ ਬਣੂ ਲੈਂਦੇ ਵੇ ਤੁਸੀਂ ਸਿਹਤ ਨਹੀਂ ਵੇ ਬਣੂ ਲੈਂਦੇ ਨੁਸ਼ੀਨ ਜੀ ਇੱਕ ਮੁਸ਼ਾਇਰੇ ਦੇ ਕਿੰਨੇ ਪੈਸੇ ਲੈਂਦੀ ਹੈ ਏ ਅਗਰ ਕੋਈ ਕਰਵਾਉਣਾ ਚਾਹੁੰਦਾ ਹੋਵੇ ਨਾ ਮੁਸ਼ਾਇਰਾ ਵਾਲੋ ਕੰਟੈਕਟ ਕਰ ਗਿੰ ਸੀ ਤੁਸੀਂ ਟੈਨਸ਼ਨ ਨਾ ਕਿਨੋ ਹੀ ਗੱਲ ਦੀ ਤੁਸੀਂ ਇਹ ਦੱਸੋ ਤੁਸੀਂ ਇੰਟਰਵਿਊ ਦੇ ਕਿੰਨੇ ਪੈਸੇ ਦੇਂਦੇ ਪਏ ਵੇ ਨੁਸ਼ੀਨ ਜੀ ਕੇ ਤਾਂ ਕੋ ਲੱਖਾਂ ਲੋਕਾਂ ਨੇ ਦੇਖਣਾ ਹੈ ਜੇ ਬਿਲਕੁਲ ਬਾਦ ਤੇਰੇ ਸਾਥ ਉਹ ਜੇ ਵੀੜੇ ਕਈ ਕੋਈ ਕਰਨਾ ਚਾਹਸੀ ਮੁਸ਼ਾਇਰਤ ਹੈ ਬੋਲਦਾ ਸਾਰੇ ਉਸ ਨੂੰ ਕਿੰਨੇ ਪੈਸੇ ਗਿਣਨੇ ਹੈ ਕੰਫਿਡੈਂਸ਼ੀਅਲ ਮਾਮਲੇ ਆ ਤੇ ਉਹਨਾਂ ਜਿਹੜੀ ਔਰਤ ਆਉਂਦੀਆਂ ਉਮਰ ਨਹੀਂ ਦੱਸੈਂਦੇ ਤੁਸੀਂ ਦਸਾਣਾ ਗਵਾਰਾ ਕਰੇ ਸੋ ਇਹ ਕੋਈ ਨਾ ਅੱਛਾ ਮੈਂ ਹੁਣ ਥੋੜੀ ਨਿ ਰਸਾ ਦੇ ਜੀ ਹੁਣ ਥੋੜੀ ਜਿਹੀ ਵੀੜੇ ਉਹ ਥੋੜੀ ਉੱਤੇ ਵਨਣ ਲੱਗੀ ਹੈ ਨਾ ਹੁਣ ਮੈਂ ਸੁਝਾ ਲੁਕਾਵਣ ਲੱਗ ਨਹੀਂ ਵੈਸੇ ਮੇਰੀ ਉਮਰ ਸਤਾਵੀ ਸਾਲ ਹੈ ਅੱਛਾ ਪਹਿਲੇ ਤੁਸੀਂ ਖੁਸ਼ ਨਸੀਬ ਹੋ ਆਡੀਅנס ਸਾਡੀ ਦੇਖਣ ਵਾਲੀ ਕਿ ਅਸਾਂ ਕਾਫੀ ਖਵਤਿਨ ਦੇ ਇੰਟਰਵਿਊਜ਼ ਕੀਤੇ ਹਨ ਔਰ ਪਹਿਲੀ ਸ਼ਹਿਰ ਹੈ ਜਿਹੜੀ ਉਹਨੇ ਰਿਜਨਲ ਆਪਣੀ ਉਮਰ ਦੇ ਸਾਡ ਮੈਂ ਮਜ਼ੇ ਦੀ ਗੱਲ ਦੱਸਾਂ ਮੈਂ ਕੋ ਕੁਝ ਦੂਤਰੇ ਦੀ ਪਹਿਲੇ ਵੀ ਮੈਸੇਜ ਆਏ ਕੋਈ ਇੱਕ ਮਤਲਬ ਮੁਸ਼ਾਇਰੇ ਵਗੈਰਾ ਦੇ ਹਵਾਲੇ ਨਾਲ ਕਹੀਂ ਨੇ ਗੱਲ ਕਰਨੀ ਹੈ ਮੈਂ ਉਹਨਾਂ ਕੋ ਆਖੇ ਮੇਰੇ ਪੇਪਰ ਹਨ ਵੱਲ ਗੱਲ ਕਰੇ ਨੇ ਨਾ ਉਹ ਮੈਸੇਜ ਆਇਆ ਪਈ ਭਈ ਤੁਹਾਡੇ ਕਿਹੜੀ ਸ਼ਹਿਦੇ ਪੇਪਰ ਹਨ ਮੈਟ੍ਰਿਕ ਦੇ ਅੱਲਾ ਦੀ ਕਸਮ ਉਹਨਾਂ ਕੋ ਆਖੇ ਤਾਂ ਉਹ ਮੈਨੂੰ ਇਤਨੀ ਛੋਟੀ ਲਗਦੀ ਆ ਖੈਰ ਉਹਨਾਂ ਕੋ ਮੈਂ ਦੱਸ ਕੋਈ ਨਹੀਂ ਮੇਰੀ ਏਜ ਕਾ ਹੈ ਬਹਰਾਲ ਮੈਂ ਖੁਸ਼ੀ ਤਾਂ થઈ ਉਸੇ ਮੈਨੂੰ ਇਤਨਾ ਛੋਟਾ ਸਮਝਾ ਹਾਂ ਮੈਨੂੰ ਖੁਸ਼ੀ ਥੀਂ ਦੀਏ ਕਿ ਮੈਂ ਛੋਟੀ ਲਗਦੀ ਹਾਂ ਲੇਕਿਨ ਮੈਨੂੰ ਇਹੀ ਗੱਲ ਦੇ ਜ਼ਿਆਦਾ ਖੁਸ਼ੀ ਥੀਂ ਦੀਏ ਕਿ ਮੈਂ ਆਪਣੀ ਏਜ ਆਪਣਾ ਐਕਸਪੀਰੀਅੰਸ ਔਨ ਕਰੇਨੀ ਆ ਮਤਲਬ ਲੋ ਉਹਨਾਂ ਲੋਕਾਂ ਕੋ ਮੈਂ ਦੱਸਾਂ ਮਤਲਬ 24 22 20 ਮਨ ਵੈਸਨ ਬਟ ਮੈਂ ਔਨ ਕਰੇਨੀ ਆ ਕਿ ਮੈਂ 27 ਸਾਲ ਦੀ ਹਾਂ ਅੱਛਾ ਨੁਸ਼ੀਨ ਜੀ ਗੁੱਸੇ ਦੀ ਗੱਲ ਕੀਤੀ ਬਨੇ ਗੁੱਸਾ ਕੋਲ ਨਹੀਂ ਮਾਨਾ ਸਹੀ ਸਹੀ ਦੱਸਣਾ ਗੁੱਸਾ ਘਟ ਆਂਦੇ ਯਾਨੀ ਬਹੁਤ ਜ਼ਿਆਦਾ ਨਹੀਂ ਆਂਦਾ ਲੇਕਿਨ ਆਂਦੇ ਤਾਂ ਥੋੜਾ ਜਿਆ ਖਤਰਨਾਕ ਥੀ ਵੰਦੇ ਮਤਲਬ ਥਾਂ ਭਨ ਛੁਣੇ ਦੇ ਆਪਣੇ ਸਿਰ ਬਣਾਈ ਨੇ ਬਹੁਤ ਸ਼ੁਕਰੀਆ